ਜੀ ਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਨਵੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਦੀਆਂ ਭਰਤੀਆਂ ਦੀ ਗੱਲ ਚੱਲ ਰਹੀ ਹੈ ਜਿਹੜਾ ਕਿ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ 10000 ਜਿਹੜੇ ਹੈਗੇ ਨੇ ਨਵੇਂ ਜਿਹੜੀਆਂ ਪੁਲਿਸ ਦੇ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ ਤੇ ਪੁਰਾਣੀਆਂ ਜਿਹੜੀਆਂ ਭਰਤੀਆਂ ਪੈਂਡਿੰਗ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜਰ ਪ੍ਰੈਸ ਕਰੋ ਜਿੱਦਣ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਮਿਲਦੀ ਰਹੇ ਤਾਂ ਆਪਾਂ ਗੱਲ ਕਰਦੇ ਆਂ ਪਹਿਲਾਂ ਪੁਰਾਣੀਆਂ ਭਰਤੀਆਂ ਦੀ ਤਾਂ ਦੇਖੋ ਪੁਰਾਣੀਆਂ ਭਰਤੀਆਂ ਦੇ ਵਿੱਚ ਕੀ ਹੋਇਆ ਕਿ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਚਾਲੂ ਕਰ ਦਿੱਤਾ ਗਿਆ ਜਿਹੜੀਆਂ ਡਬਲਯੂ ਪੀ ਪੀ ਐ ਦੀਆਂ ਲਿਸਟਾਂ ਨੇ ਜਿਹੜੀਆਂ ਉਹ ਵੀ ਆ ਚੁੱਕੀਆਂ ਨੇ ਉਹਨਾਂ ਦੇ ਕੈਂਡੀਡੇਟ ਨੂੰ ਹੈਅ ਟ੍ਰਾਈਲਲ ਹੀ ਉਹਨਾਂ ਦੇ ਐਡਮਿਟ ਕਾਰਡ ਉਹ ਆ ਚੁੱਕੇ ਨੇ ਯਾਨੀ ਕਿ ਉਹ ਪ੍ਰੋਸੈਸ ਚਾਲੂ ਹੋ ਚੁੱਕੀ ਹੈ ਤੇ ਇਸ ਤੋਂ ਆਪਾਂ ਨੂੰ ਇਹ ਹੈ ਕਿ ਜਿਹੜੀਆਂ ਪੁਰਾਣੀਆਂ ਭਰਤੀਆਂ ਨੇ ਉਹ ਪਹਿਲਾਂ ਜਿਹੜੀਆਂ ਹੈਗੇ ਨੇ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ ਹੀ ਜਿਹੜਾ ਹੈਗੇ ਨਵੀਂ ਭਰਤੀ ਜਿਹੜੀ ਉਹ ਕੱਢੀ ਜਾਵੇਗੀ ਇਸ ਕਰਕੇ ਹੀ ਜਿਹੜਾ ਕੰਮ ਹੈ ਉਹ ਥੋੜਾ ਲੇਟ ਹੋ ਰਿਹਾ ਉਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਪੀਐਸਪੀਸੀਐਲ ਦੇ ਵੀ ਜਿਹੜਾ ਰਿਜ਼ਲਟ ਹੈ ਉਹ ਆ ਚੁੱਕਿਆ ਹੈ ਜਿਹੜਾ ਫਰਸਟ ਪੇਪਰ ਹੋਇਆ ਸੀਗਾ ਉਹਦਾ ਰਿਜ਼ਲਟ ਆ ਚੁੱਕਿਆ ਆਪਣੇ ਕੋਲ ਤੇ ਦੂਸਰੇ ਪੇਪਰ ਦੀ ਜਿਹੜੀ ਡੇਟ ਹੈ ਮੈਨਸ ਤੇ ਐਗਜ਼ਾਮ ਦੀ ਜਿਹੜੀ ਡੇਟ ਹੈ ਉਹ ਵੀ ਆਪਾਂ ਦੱਸ ਦੱਤੀ ਹੈ ਕਿ ਮੈਨਸ ਦਾ ਐਗਜ਼ਾਮ ਕਦੋਂ ਆਪਣਾ ਕੰਡਕਟ ਹੈ ਉਹ ਕੀਤਾ ਜਾਵੇਗਾ ਤਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਸਾਰੀਆਂ ਜਿਹੜੀਆਂ ਪੁਰਾਣੀਆਂ ਭਰਤੀਆਂ ਨੇ ਉਹ ਕੰਪਲੀਟ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਆਪਣੀਆਂ ਹੁਣ ਜਿਹੜੀਆਂ ਭਰਤੀਆਂ ਨੇ ਜਿਵੇਂ ਕਿ ਕਲਰਕ ਦਾ ਪੇਪਰ ਜਿਹੜਾ ਹੈ ਕਿ ਮੋਸਟਲੀ ਕੈਂਡੀਡੇਟ ਨੇ ਦਿੱਤਾ ਹੈ ਉਹਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਉਸ ਦੇ ਵਿੱਚ ਓਬਜੈਕਸ਼ਨ ਦੀ ਜਿਹੜੀ ਲਿਸਟ ਹੋ ਵੀ ਅਜੇ ਨਹੀਂ ਪਾਈ ਗਈ ਹੈ ਤਾਂ ਇਹ ਵੀ ਜਲਦੀ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਜਿਹੜੀ ਕਿ ਕਲਰਕ ਦੇ ਵਿੱਚ ਜਿਹੜਾ ਹੁਣ ਆਪਾਂ ਨੂੰ ਸੈਕੰਡ ਦੇ ਵਿੱਚ ਜਿਹੜਾ ਕੰਪਿਊਟਰ ਦਾ ਟਾਈਪਿੰਗ ਦਾ ਟੈਸਟ ਦੇਣਾ ਹੈ ਉਹਦੀ ਡੇਟ ਵੀ ਜਲਦੀ ਆਪਾਂ ਨੂੰ ਦੇਖਣ ਨੂੰ ਮਿਲੇਗੀ ਇਹ ਸਾਰੀਆਂ ਹੋਣ ਤੋਂ ਬਾਅਦ ਹੀ ਆਪਾਂ ਨੂੰ ਜਿਹੜਾ ਹੈਗੇ ਨਵੀਆਂ ਪਰ ਜਿਹੜੀਆਂ ਭਰਤੀਆਂ ਨੇ ਉਹਨਾਂ ਦੀ ਜਿਹੜੀ ਨੋਟੀਫਿਕੇਸ਼ਨ ਹੈ ਜਾਂ ਫਿਰ ਕਦੋਂ ਪੇਪਰ ਸਟਾਰਟ ਹੋਣਗੇ ਕਦੋਂ ਫਾਰਮ ਭਰੇ ਜਾਣਗੇ ਇਹ ਆਪਾਂ ਨੂੰ ਦੱਸਿਆ ਜਾਵੇਗਾ ਠੀਕ ਹੈ ਜੀ ਤਾਂ ਇਹ April ਹੁਣ ਮਾਰਚ ਦੇਖੋ 31 ਮਾਰਚ ਹੋ ਗਿਆ April ਦੇ ਵਿੱਚ ਜਿਹੜੀਆਂ ਹੈਗੀਆਂ ਨੇ ਸਾਰੀਆਂ ਉਹ ਪੁਰਾਣੀਆਂ ਭਰਤੀਆਂ ਨਿਬਟ ਜਾਣਗੀਆਂ ਤਾਂ ਆਪਾਂ ਇੰਨੀਆਂ ਵੋਟਾਂ ਨਾਲ ਜਿਹੜਾ ਹੈਗਾ ਭਗਵੰਤ ਸਿੰਘ ਜੀ ਨੂੰ ਆਮ ਆਦਮੀ ਪਾਰਟੀ ਨੇ ਜਿਹੜਾ ਜਿਤਾਇਆ ਤਾਂ ਆਪਾਂ ਨੂੰ ਅੱਗੇ ਜਿਹੜੀਆਂ ਹੈਗੀਆਂ ਨੇ ਕੈਂਡੀਡੇਟਸ ਲਈ ਯੂਥ ਲਈ ਵਧੀਆ ਹੀ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਤਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ نیچے ਕਮੈਂਟ ਕਰਕੇ ਪੁੱਛ ਸਕਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ